اعوذ باللہ من الشیطان الرجیم بسم اللہ الرحمن الرحیم سویں فجر دی تے دس راتاں دی تے جفت دی تے تاک دی تے رات دی جد تور پئی اللہ ایس وچ کوئی سویں ہے کسے اکل والے دی فلا تو نہیں ڈٹھا کئی کیتی تیرے رب نے آدھ نال جو ارم نے اچھیاں تھمہ والے اور سن ਨਹੀਂ ਹੋਏ ਉਹ ਜੇ ਦੁਨੀਆਂ ਦੇ ਸ਼ਹਿਰਾਂ ਵਿੱਚ ਕੋਈ ਤੇ ਸਮੂਦ ਨਾਲ ਜਿੰਨਾ ਪਥਰਾਂ ਵਿੱਚ ਘਰ ਖੋਦਰੇ ਵਾਦੀ ਵਿੱਚ ਤੇ ਫਿਰ ਉਹਨ ਮੇਖਾਂ ਵਾਲੇ ਨਾਲ ਇਹ ਸਭ ਜਿਹੜੇ ਦੋ ਲੰਗ ਤੁਰੇ ਸ਼ਹਿਰਾਂ ਵਿੱਚ ਫਿਰ ਬਹੁਤ ਪਾਈ ਉਹਨਾਂ ਵਿੱਚ ਵਿਗਾੜ ਫਿਰ ਛੁੱਟਿਆ ਉਹਨਾਂ ਉਤੇ ਤੇਰੇ ਰੱਬ ਨੇ ਕੋਟਲਾ ਅਜ਼ਾਬ ਦਾ ਜ਼ਰੂਰ ਤੇਰਾ ਰੱਬ ਦੇ ਘਾਤ ਵਿੱਚ ਸੋ ਆਦਮੀ ਨੂੰ ਜਦ ਅਜ਼ਮਾਵੇ ਰੱਬ ਉਹਦਾ ਫਿਰ ਉਹਨੂੰ ਇੱਜ਼ਤ ਦੇ ਤੇ ਨਹਿਮਤ ਦੇ ਤਾਂ ਆਖਦਾ ਹੈ ਮੇਰੇ ਰੱਬੀ ਨੇ ਮੈਨੂੰ ਇੱਜ਼ਤ ਦਿੱਤੀ ਤੇ ਜਦ ਅਦਮਾਰੇ ਉਹਨੂੰ ਫਿਰ ਤੰਗੀ ਕਰੇ ਉਸ ਤੇ ਰਿਜ਼ਕ ਦੀ ਤਾਂ ਆਖਦਾ ਮੇਰੇ ਰੱਬੀ ਨੇ ਮੇਰੀ ਇੱਜ਼ਤ ਗਵਾਈ ਹੈ ਇੰਜ ਨਹੀਂ ਸਗੋਂ ਤੁਸੀਂ ਇੱਜ਼ਤ ਨਹੀਂ ਕਰਦੇ ਹੋ ਯਤੀਮ ਦੀ ਤੇ ਨਾ ਤਾਂ ਕੀਤ ਕਰਦੇ ਹੋ ਭੁੱਖੇ ਦੇ ਖਵਾਲਣ ਦੀ ਖਾ ਜਾਂਦੀ ਉਹ ਵਿਰਸਾ ਇਕੱਠੀ ਸਮੇਟ ਕੇ ਤੇ ਪਿਆਰਾ ਜਾਣ ਦਿਓ ਮਾਲੂਮ ਬਹੁਤ ਪਿਆਰਾ ਜਾਣਨਾ ਇੰਜ ਨਹੀਂ ਜਦ ਇੱਕੋ ਜਈ ਕੀਤੀ ਜਾਏਗੀ ਜ਼ਮੀਨ ਕੁੱਟ-ਕੁੱਟ ਕੇ ਤੇ ਆਵੇਗਾ ਤੇਰਾ ਰੱਬ ਤੇ ਫਰਿਸ਼ਤੇ ਸਫ-ਸਫ ਹੋ ਕੇ ਲਿਆਂਦਾ ਜਾਏਗਾ ਉਸ ਦਿਨ ਦੋਜ਼ਖ ਸਾਹਮਣੇ ਉਸ ਦਿਨ ਯਾਦ ਕਰੇਗਾ ਆਦਮੀ ਤੇ ਕਿੱਥੋਂ ਮਿਲਣਾ ਹੈ ਉਹਨੂੰ ਨਫਾ ਯਾਦ ਕਰਨ ਦਾ ਅਖੇਗਾ ਹਾਏ ਅਫਸੋਸ ਮੈਨੂੰ ਕੁਝ ਅੱਗੇ ਕਰ ਲੈਦਾ ਮੈਂ ਆਪਣੀ ਇਸ ਜ਼ਿੰਦਗੀ ਲਈ ਫਿਰ ਉਸ ਦਿਨ ਨਾ ਮਾਰੇਗਾ ਅੱਲਾ ਦੇ ਮਾਰਨ ਜਿਆ ਕੋਈ ਤੇ ਨਾ ਬੰਨੇ ਉਹਦੇ ਬੰਨਣ ਜਿਆ ਕੋਈ ਐ ਜਾਨ ਖੁਦਾ ਦੀ ਯਾਦ ਨਾਲ ਆਰਾਮ ਪਾਣੇ ਵਾਲੀ ਮੁਰਚਾ ਲਾ ਆਪਣੇ ਰੱਬ ਵੱਲ ਤੇ ਤੂੰ ਉਸ ਤੋਂ ਰਾਜੀ ਉਹ ਤੈਥੋਂ ਰਾਜੀ ਫਿਰ ਚੱਲ ਵੜ ਮੇਰੇ ਬੰਦਿਆਂ ਵਿੱਚ ਤੇ ਚੱਲ ਵੜੋ ਮੇਰੇ ਬਹਿਸ਼ਤ ਵਿੱਚ